ਤਤਅ ਤੱਕ ਰਵਿੰਦਰ ਜੜੇਜਾ ਨੇ ਵੀ T20 ਕ੍ਰਿਕਟ ਦੇ ਵਿੱਚੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਤੋਂ ਬਾਅਦ ਉਹਨਾਂ ਦੇ ਵੱਲੋਂ ਵੀ ਇਹ ਫੈਸਲਾ ਲਿਆ ਗਿਆ। ਤਾਂ 17 ਸਾਲਾਂ ਬਾਅਦ T20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਉਹਨਾਂ ਨੇ ਇਹ ਫੈਸਲਾ ਲਿਆ। ਤਾਂ ਹੁਣ ਭਾਰਤੀ ਟੀਮ ਇੱਕ ਨਵੀਂ ਟੀਮ ਵੇਖਣ ਨੂੰ ਮਿਲੇਗੀ ਜਿਸਦੇ ਵਿੱਚ ਨਵੇਂ ਨੌਜਵਾਨਾਂ ਨੂੰ ਵੀ ਮੌਕਾ ਮਿਲੇਗਾ ਤਾਂ ਜਿੱਤ ਦੀ ਜਿੱਥੇ ਭਾਰਤੀ ਲੋਕਾਂ ਨੂੰ ਖੁਸ਼ੀ ਆਇਆ ਤਾਂ ਉੱਥੇ ਹੀ ਤਿੰਨ ਭਾਰਤੀ ਖਿਡਾਰੀਆਂ ਦੇ ਸਨਿਆਸ ਦਾ ਦੁੱਖ ਵੀ ਆ ਤਰਵਿੰਦਰ ਜੜੇਜਾ ਨੇ ਇੱਕ ਪੋਸਟ ਰਾਹੀਂ ਇਸ ਸੰਬੰਧੀ ਜਾਣਕਾਰੀ ਦਿੱਤੀ ਤਾਂ ਉਹਨਾਂ ਨੇ ਲਿਖਿਆ ਕਿ "ਦਿਲੋਂ ਧੰਨਵਾਦੀ ਹਾਂ ਤੇ ਮੈਂ T20 ਅੰਤਰਰਾਸ਼ਟਰੀ ਮੈਚਾਂ ਨੂੰ ਅਲਵਿਦਾ ਕਹਿ ਰਿਹਾ ਤੇ ਮਾਨ ਨਾਲ ਦੌੜਦੇ ਹੋਏ ਇੱਕ ਅਡੋਲ ਘੋੜੇ ਵਾਂਗ ਮੈਂ ਹਮੇਸ਼ਾ ਆਪਣੇ ਦੇਸ਼ ਲਈ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਅਤੇ ਹੋਰ ਫਾਰਮੈਟਾਂ ਵਿੱਚ ਵੀ ਅជីਹਾ ਜਾਰੀ ਰੱਖਾਂਗਾ T20 ਵਿਸ਼ਵ ਕੱਪ ਜਿੱਤਣਾ ਇੱਕ ਸੁਪਨਾ ਸੀ ਜੋ ਮੇਰੇ T20 ਅੰਤਰਰਾਸ਼ਟਰੀ ਕਰੀਅਰ ਦਾ ਸਿਖਰ ਸੀ" ਯਾਦਾਂ ਪਰਸ਼ੰਸਾ ਅਤੇ ਅਟੁੱਟ ਸਮਰਥਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਇਸ ਪੋਸਟ ਦੇ ਰਾਹੀ ਰਵਿੰਦਰ ਜੜੇਜਾ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਦੇ ਵੱਲੋਂ T20 ਕ੍ਰਿਕਟ ਦੇ ਵਿੱਚ ਉਹ ਸੰਨਿਆਸ ਲਿਆ ਗਿਆ ਜਦਕਿ 1 ਡੇ ਅਤੇ ਟੈਸਟ ਦੇ ਵਿੱਚ ਉਹ ਆਪਣਾ ਪ੍ਰਦਰਸ਼ਨ ਜਾਰੀ ਰੱਖਣਗੇ ਤੇ ਉਹ ਖੇਡਦੇ ਰਹਿਣਗੇ ਤਾਂ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੇ ਵੱਲੋਂ ਵਰਲਡ ਕੱਪ ਜਿੱਤਣ ਤੋਂ ਬਾਅਦ ਇਹ ਐਲਾਨ ਕਰ ਦਿੱਤਾ ਗਿਆ ਸੀ ਕਿ ਇਹ ਉਹਨਾਂ ਦਾ ਆਖਰੀ T20 ਕੱਪ ਅਤੇ ਆਖਰੀ T20 ਮੈਚ ਆਤਾ ਇਸ ਤੋਂ ਬਾਅਦ ਉਹ T20 ਮੈਚਾਂ ਦੇ ਵਿੱਚ ਵੇਖਣ ਨੂੰ ਨਹੀਂ ਮਿਲਣਗੇ ਤੇ ਨਵੇਂ ਨੌਜਵਾਨਾਂ ਦੇ ਸਿਰ ਉਹਨਾਂ ਨੇ ਇਹ ਜ਼ਿੰਮੇਵਾਰੀ ਸੌਂਪੀ ਹੈ ਤਾਂ ਹੁਣ ਰਵਿੰਦਰ ਜੜੇਜਾ ਦੇ ਵੱਲੋਂ ਵੀ T20 ਕ੍ਰਿਕਟ ਦੇ ਵਿੱਚੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਗਿਆ ਹੈ ਤਤਾ ਦੇ ਕਿ ਰਵਿੰਦਰ ਜੜੇਜਾ ਨੇ ਵੀ T20 ਕ੍ਰਿਕਟ ਦੇ ਵਿੱਚੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਤੋਂ ਬਾਅਦ ਉਹਨਾਂ ਦੇ ਵੱਲੋਂ ਵੀ ਇਹ ਫੈਸਲਾ ਲਿਆ ਗਿਆ। ਤਾਂ 17 ਸਾਲਾਂ ਬਾਅਦ T20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਉਹਨਾਂ ਨੇ ਇਹ ਫੈਸਲਾ ਲਿਆ। ਤਾਂ ਹੁਣ ਭਾਰਤੀ ਟੀਮ ਇੱਕ ਨਵੀਂ ਟੀਮ ਵੇਖਣ ਨੂੰ ਮਿਲੇਗੀ ਜਿਸ ਦੇ ਵਿੱਚ ਨਵੇਂ ਨੌਜਵਾਨਾਂ ਨੂੰ ਵੀ ਮੌਕਾ ਮਿਲੇਗਾ। ਤਾਂ ਜਿੱਤ ਦੀ ਜਿੱਥੇ ਭਾਰਤੀ ਲੋਕਾਂ ਨੂੰ ਖੁਸ਼ੀ ਆਇਆ ਤਾਂ ਉੱਥੇ ਹੀ ਤਿੰਨ ਭਾਰਤੀ ਖਿਡਾਰੀਆਂ ਦੇ ਸੰਨਿਆਸ ਦਾ ਦੁੱਖ ਵੀ ਆ। ਤਰਵਿੰਦਰ ਜੜੇਜਾ ਨੇ ਇੱਕ ਪੋਸਟ ਰਾਹੀਂ ਇਹ ਸਬੰਧੀ ਜਾਣਕਾਰੀ ਦਿੱਤੀ ਤਾਂ ਉਹਨਾਂ ਲਿਖਿਆ ਕਿ "ਦਿਲੋਂ ਧੰਨਵਾਦੀ ਹਾਂ ਤੇ ਮੈਂ T20 ਅੰਤਰਰਾਸ਼ਟਰੀ ਮੈਚਾਂ ਨੂੰ ਅਲਵਿਦਾ ਕਹਿ ਰਿਹਾ ਤੇ ਮਾਣ ਨਾਲ ਦੌੜਦੇ ਹੋਏ ਇੱਕ ਅਡੋਲ ਘੋੜੇ ਵਾਂਗ ਮੈਂ ਹਮੇਸ਼ਾ ਆਪਣੇ ਦੇਸ਼ ਲਈ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਅਤੇ ਹੋਰ ਫਾਰਮੈਟਾਂ ਵਿੱਚ ਵੀ ਅជីਹਾ ਜਾਰੀ ਰੱਖਾਂਗਾ।" T20 ਵਿਸ਼ਵ ਕੱਪ ਜਿੱਤਣਾ ਇੱਕ ਸੁਪਨਾ ਸੀ ਜੋ ਮੇਰੇ T20 ਅੰਤਰਰਾਸ਼ਟਰੀ ਕਰੀਅਰ ਦਾ ਸਿਖਰ ਸੀ ਯਾਦਾ ਪ੍ਰਸ਼ੰਸਾ ਅਤੇ اٹਟ ਸਮਰਥਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਇਸ ਪੋਸਟ ਦੇ ਰਾਹੀ ਰਵਿੰਦਰ ਜੜੇਜਾ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਦੇ ਵੱਲੋਂ T20 ਕ੍ਰਿਕਟ ਦੇ ਵਿੱਚੋਂ ਸੰਨਿਆਸ ਲਿਆ ਗਿਆ ਜਦਕਿ 1 ਡੇ ਅਤੇ ਟੈਸਟ ਦੇ ਵਿੱਚ ਉਹ ਆਪਣਾ ਪ੍ਰਦਰਸ਼ਨ ਜਾਰੀ ਰੱਖਣਗੇ ਤੇ ਉਹ ਖੇਡਦੇ ਰਹਿਣਗੇ ਤਾਂ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੇ ਵੱਲੋਂ ਵਰਲਡ ਕੱਪ ਜਿੱਤਣ ਤੋਂ ਬਾਅਦ ਇਹ ਐਲਾਨ ਕਰ ਦਿੱਤਾ ਗਿਆ ਸੀ ਕਿ ਇਹ ਉਹਨਾਂ ਦਾ ਆਖਰੀ T20 ਕੱਪ ਅਤੇ ਆਖਰੀ T20 ਮੈਚ ਆ ਤਾਂ ਇਸ ਤੋਂ ਬਾਅਦ ਉਹ T20 ਮੈਚਾਂ ਦੇ ਵਿੱਚ ਵੇਖਣ ਨੂੰ ਨਹੀਂ ਮਿਲਣਗੇ ਤੇ ਨਵੇਂ ਨੌਜਵਾਨਾਂ ਦੇ ਸਿਰ ਉਹਨਾਂ ਨੇ ਇਹ ਜ਼ਿੰਮੇਵਾਰੀ ਸੌਂਪੀ ਹੈ ਤਾਂ ਹੁਣ ਰਵਿੰਦਰ ਜੜੇਜਾ ਦੇ ਵੱਲੋਂ ਵੀ T20 ਕ੍ਰਿਕਟ ਦੇ ਵਿੱਚੋਂ ਸੰਨਿਆਸਤਾ ਐਲਾਨ ਕਰ ਦਿੱਤਾ ਗਿਆ ਹੈ